ਚੋਣ ਤੰਤਰ ਪ੍ਰੈਜ਼ੈਂਟਡ ਬਾਈ ਅਮਾਰੀ ਹਿਲਸ ਲਗਜ਼ਰੀ ਫਾਰਮਸ ਐਂਡ ਕੰਟਰੀ ਹੋਮਸ ਨਿਊ ਚੰਡੀਗੜ੍ਹ। ਪੰਜਾਬ ਦੇ ਵਿੱਚ ਅੱਜ ਲੋਕ ਸਭਾ ਚੋਣਾਂ ਨੂੰ ਲੈ ਕੇ ਵੋਟਿੰਗ ਹੋ ਰਹੀ ਹੈ ਤੇ ਅਸੀਂ ਆ ਹੌਟ ਸੀਟ ਖਡੂਰ ਸਾਹਿਬ ਦੇ ਹਲਕੇ ਗੋਇੰਦਵਾਲ ਸਾਹਿਬ ਦੇ ਵਿੱਚ ਔਰ ਗੋਇੰਦਵਾਲ ਸਾਹਿਬ ਦੇ ਵਿੱਚ ਬੂਥ ਲੱਗੇ ਹੋਏ ਆ ਜਿੱਥੇ ਤਮਾਮ ਪਾਰਟੀਆਂ ਦੇ। ਉੱਥੇ ਚੱਲ ਕੇ ਦੇਖਦੇ ਹਾਂ ਕਿ ਗਰਾਊਂਡ ਦੇ ਉੱਪਰ ਤਸਵੀਰ ਕੀ ਕਹਿੰਦੀ ਹੈ, ਕਿਉਂਕਿ ਅੰਮ੍ਰਿਤਪਾਲ ਸਿੰਘ ਜੋ ਜੇਲ੍ਹ ਦੇ ਵਿੱਚ ਹੈ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਹੈ ਔਰ ਉੱਥੋਂ ਇਲੈਕਸ਼ਨ ਲੜ ਰਿਹਾ। ਬਾਕੀ ਤਮਾਮ ਪਾਰਟੀਆਂ ਦੇ ਕੈਂਡੀਡੇਟ ਗਰਾਊਂਡ 'ਤੇ ਸੀ ਔਰ ਅੰਮ੍ਰਿਤਪਾਲ ਹੋਣਾਂ ਦੇ ਮਾਤਾ ਪਿਤਾ ਪ੍ਰਚਾਰ ਕਰ ਰਹੇ ਸੀ, ਉਹਨਾਂ ਦੇ ਸਮਰਥਕ ਪ੍ਰਚਾਰ ਕਰ ਰਹੇ ਸੀ, ਪਰ ਬੂਥ ਗਰਾਊਂਡ 'ਤੇ ਰਿਪੋਰਟ ਕੀ ਕਹਿੰਦੀ ਹੈ ਗੋਇੰਦਵਾਲ ਸਾਹਿਬ ਦੀ? ਬੂਥ ਸਾਰਿਆਂ ਦੇ ਲੱਗੇ ਹੋਏ ਆ। ਇਸ ਪਾਸੇ ਬੂਥ ਸਭ ਤੋਂ ਪਹਿਲਾਂ ਦਿਖਾਉਣਾ, ਇੱਧਰਲੇ ਪਾਸੇ ਜਿਹੜਾ ਅੰਮ੍ਰਿਤਪਾਲ ਸਿੰਘ ਹੋਣਾਂ ਦਾ ਬੂਥ ਆ ਔਰ ਇੱਧਰਲੇ ਬੰਨੇ ਉਹਨਾਂ ਦੇ ਬਿਲਕੁਲ ਸਾਹਮਣੇ ਇੱਕ ਚੰਗੀ ਤਸਵੀਰ ਇਹ ਵੀ ਕਹੀ ਜਾ ਸਕਦੀ ਹੈ। ਇੱਕ ਚੰਗੀ ਗੱਲ ਇਹ ਵੀ ਹੈ ਕਿ ਇੱਥੇ ਕੋਈ ਮੇਰਾ ਖਿਆਲ ਆਪਸ ਦੇ ਵਿੱਚ ਕੋਈ ਉਸ ਤਰ੍ਹਾਂ ਦਾ ਮਤਭੇਦ ਨਹੀਂ ਹੈ ਲੋਕਾਂ ਦੇ ਵਿੱਚ, ਆਪਸ ਦੇ ਵਿੱਚ ਬੜੇ ਆਰਾਮ ਦੇ ਨਾਲ ਪਿਆਰ ਦੇ ਨਾਲ ਇਹ ਸਾਰੇ ਲੋਕ ਬੂਥਾਂ ਦੇ ਉੱਪਰ ਬੈਠੇ ਆ। ਵੈਸੇ ਕਈ ਥਾਵਾਂ 'ਤੇ ਜ਼ਰੂਰ ਲੜਾਈ ਝਗੜਾ ਕਲੇਸ਼ ਹੁੰਦਾ, ਦੂਰ ਦੂਰ ਹੁੰਦੇ ਬੂਥ, ਕਈ ਥਾਵਾਂ 'ਤੇ ਨੇੜੇ ਵੀ ਹੁੰਦੇ, ਪਰ ਆਹ ਸਾਹਮਣੇ ਇੱਧਰਲੇ ਬੰਨੇ ਅੰਮ੍ਰਿਤਪਾਲ ਸਿੰਘ ਹੋਣਾਂ ਦਾ ਬੂਥ ਆ, ਇੱਧਰਲੇ ਬੰਨੇ ਕਾਂਗਰਸ ਦਾ, ਜਮਾਂ ਸਾਹਮੋ ਸਾਹਮਣੇ ਇਸ ਪਾਸੇ ਕਾਂਗਰਸ ਦਾ ਬੂਥ ਲੱਗਿਆ ਹੋਇਆ, ਉੱਧਰਲੇ ਬੰਨੇ ਬੀਜੇਪੀ ਦਾ ਵੀ ਬੂਥ ਲੱਗਿਆ, ਜਿਹੜੀ ਬੀਜੇਪੀ ਨੂੰ ਪੰਜਾਬ ਦੇ ਵਿੱਚ ਕਈ ਥਾਵਾਂ 'ਤੇ ਬੀਜੇਪੀ ਦੇ ਕੈਂਡੀਡੇਟ ਦਾ ਵਿਰੋਧ ਹੋਇਆ ਉਹਨਾਂ ਦਾ ਵੀ ਬੂਥ ਇੱਥੇ ਲੱਗਿਆ ਹੋਇਆ। ਉਸ ਤੋਂ ਬਾਅਦ ਅਗਲੇ ਬੰਨੇ ਅਕਾਲੀ ਦਲ ਦਾ ਬੂਥ ਲੱਗਿਆ ਹੋਇਆ, ਉਸ ਤੋਂ ਬਾਅਦ ਬੂਥ ਲੱਗਿਆ ਹੋਇਆ ਆਮ ਆਦਮੀ ਪਾਰਟੀ ਦਾ। ਤਾਂ ਇੱਧਰ ਸਭ ਤੋਂ ਪਹਿਲਾਂ ਕਾਂਗਰਸ ਵਾਲੇ ਬੰਨੇ ਚੱਲਦੇ ਆ, ਫਿਰ ਉਹਨਾਂ ਦੇ ਸਾਹਮਣੇ ਅੰਮ੍ਰਿਤਪਾਲ ਸਿੰਘ ਹੋਣਾਂ ਦਾ ਬੂਥ ਲੱਗਿਆ ਹੋਇਆ, ਉਹਨਾਂ ਨਾਲ ਵੀ ਗੱਲਬਾਤ ਕਰਨੀ। ਕੀ ਹਾਲ ਆ ਜੀ ਸਰਦਾਰ ਸਾਹਿਬ? ਠੀਕ ਠਾਕ ਹੋ? ਠੀਕ ਆ ਜੀ। ਕਿੱਦਾਂ ਚੱਲ ਰਹੀ ਹੈ ਵੋਟਿੰਗ? ਬਹੁਤ ਵਧੀਆ ਜੀ, ਬਹੁਤ ਸ਼ਾਂਤਮਈ ਆ, ਸਾਡਾ ਪਿੰਡ ਦਾ ਮਾਹੌਲ ਬਹੁਤ ਸ਼ੁਰੂ ਤੋਂ ਵਧੀਆ ਰਿਹਾ, ਬੜੇ ਆਰਾਮ ਦੇ ਨਾਲ ਸਾਰੇ ਆਪਣੀਆਂ ਆਪਣੀਆਂ ਵੋਟਾਂ ਪਾ ਰਹੇ ਜੀ। ਬੜੀ ਚੰਗੀ ਗੱਲ ਇਹ ਵੀ ਦੇਖਣ ਨੂੰ ਮਿਲੀ ਕਿ ਸਾਰੇ ਹੀ ਬੂਥ ਜਿਹੜੇ ਆਮੋ ਸਾਹਮਣੇ ਲੱਗੇ ਹੋਏ ਆ, ਕੋਈ ਕਿਸੇ ਨੂੰ ਉਹ ਇਹ ਨਹੀਂ ਕਹਿ ਰਿਹਾ, ਕੋਈ ਰੌਲਾ ਨਹੀਂ ਪਾ ਰਿਹਾ, ਸਭ ਆਪੋ ਆਪਣੇ ਕੰਮ ਹੀ ਲੱਗੇ ਹੋਏ। ਜੇ ਕਿਸੇ ਦੀ ਚਾਹ ਆਉਂਦੀ ਆ ਤੇ ਦੂਸਰੀ ਧਿਰ ਨੂੰ ਆਵਾਜ਼ ਮਾਰ ਲੈਂਦੇ ਵੀ ਆ ਜਾ ਚਾਹ ਪੀ ਲਾ, ਜੇ ਕਿਸੇ ਰੋਟੀ ਬਣਾਉਂਦੀ ਆ ਤੇ ਉਹਨੇ ਆ ਜਾਓ ਜੀ, ਸ਼ਰਬਤ ਆਉਂਦਾ ਤੇ ਤਾਂ ਵੀ ਇੱਕ ਦੂਜੇ ਨੂੰ ਬੁਲਾ ਲੈਂਦੇ ਆ, ਸਾਡੇ ਪਿੰਡ ਦੇ ਵਿੱਚ ਬਹੁਤ ਇਤਫਾਕ ਹੈ ਜੀ। ਚਲੋ ਚੰਗੀ ਗੱਲ, ਪਰ ਇੱਦਾਂ ਵੋਟਾਂ ਨਾਲ ਚਾਹ ਚੂ ਪਿਆ ਕੇ ਇੱਕ ਦੂਜੇ ਦੀ ਇੱਧਰ ਉੱਧਰ ਕਰਦੇ ਹੋ? ਸਾਰੀ ਵੋਟਾਂ ਜਿਹੜੀਆਂ ਨੇ ਉਹ ਆਪੋ ਆਪਣੀ ਪਾਰਟੀ ਨੂੰ ਆਪੋ ਆਪਣੇ ਥਾਂ 'ਤੇ ਪੈਣੀਆਂ ਜੀ, ਅਤੇ ਅਸੀਂ ਕਾਂਗਰਸ ਵੱਲੋਂ ਜਿਹੜਾ ਜਿੱਤਦਾ ਸਾਨੂੰ ਵਿਸ਼ਵਾਸ ਹੈ ਅਸੀਂ ਜਿੱਤਾਂਗੇ, ਮੋਦੀ ਨੂੰ ਹਰਾਵਾਂਗੇ ਜੀ। ਠੀਕ ਹੈ, ਚਲੋ ਇੱਧਰਲੇ ਬੰਨੇ ਵੀ ਚੱਲਦੇ ਹਾਂ। ਕਹਿੰਦੇ ਕਿ ਸਾਡੇ ਕਾਂਗਰਸੀ ਉਮੀਦਵਾਰ ਜੀਰਾ ਸਾਹਿਬ ਜਿੱਤਣਗੇ ਔਰ ਉੱਧਰਲੇ ਬੰਨੇ ਇਸ ਪਾਸੇ ਵੀ ਚੱਲਦੇ, ਇੱਧਰ ਅੰਮ੍ਰਿਤਪਾਲ ਸਿੰਘ ਹੋਣਾਂ ਦੇ ਬੂਥ ਦੇ ਉੱਪਰ ਵੀ ਗੱਲਬਾਤ ਕਰਾਂਗੇ। ਤਾਂ ਕੀ ਕਹਿੰਦੇ ਆ ਲੋਕ, ਕੀ ਹਾਲ ਚਾਲ ਆ ਜੀ? ਠੀਕ ਠਾਕ ਹੋ? ਕਿੱਦਾਂ ਦਾ ਜੀ, ਕਿੱਦਾਂ ਚੱਲ ਰਹੀ ਹੈ ਵੋਟਿੰਗ? ਬਹੁਤ ਵਧੀਆ ਚੱਲ ਰਹੀ, ਬਹੁਤ ਉਤਸ਼ਾਹ ਆ, ਉਤਸ਼ਾਹ ਦੇ ਨਾਲ ਵੋਟਿੰਗ ਹੋ ਰਹੀ ਹੈ, ਬੜੀ ਧੀਰ ਦੇ ਨਾਲ ਤੇ ਆਰਾਮ ਨਾਲ ਪੈ ਰਹੀਆਂ, ਕੋਈ ਢੋਲਬਾਜੀ ਨਹੀਂ ਆ, ਕੁਛ ਨਹੀਂ ਆ, ਬੜੀ ਕਿਰਪਾ ਗੁਰੂ ਅਮਰਦਾਸ ਜੀ। ਵੋਟਰ ਆ ਰਿਹਾ ਉਹਦੇ ਤੇ ਫੁੱਲਾਂ ਦੀ ਵਰਖਾ ਕਰ ਰਹੇ, ਸਾਰੀ ਸੰਗਤ ਦੇ ਕਰ ਰਹੇ ਜਿਹੜਾ ਆ ਰਿਹਾ ਜੀ, ਸੱਚੇ ਪਾਤਸ਼ਾਹ ਤੁਹਾਡਾ ਲੋ ਹੋ ਰਿਹਾ ਜੀ, ਇਹ ਸੰਗਤਾਂ ਲੋ ਹੋ ਰਿਹਾ, ਸਾਡੇ ਵੱਲੋਂ ਨਹੀਂ ਆ ਰਹੇ, ਇਹ ਸੰਗਤ ਪਿੱਛੇ ਆਈ ਹੈ, ਸੰਗਤ ਹੀ ਕਰਾ ਰਹੀ ਹੈ, ਸੰਗਤ ਦਾ ਪਿਆਰ ਹੈ ਸਾਡੇ ਲਈ। ਹਾਂਜੀ, ਚੜ੍ਹਦੀ ਕਲਾ ਗੁਰੂ ਅਮਰਦਾਸ ਜੀ ਦੀ, ਕਿਹੋ ਜਿਹਾ ਰਿਸਪੌਂਸ ਵੋਟਰ ਦਾ? ਬਹੁਤ ਵਧੀਆ ਚੜ੍ਹਦੀ ਕਲਾ, ਰਿਸਪੌਂਸ ਬਹੁਤ ਵਧੀਆ ਇੱਥੇ, ਬਸ ਯੂਥ ਦਾ ਰਿਸਪੌਂਸ ਕਹਿੰਦੇ ਚੰਗਾ, ਇਹ ਗੱਲ ਕਹਿ ਰਹੇ। ਔਰ ਇੱਧਰ ਹੁਣ ਬੀਜੇਪੀ ਵਾਲੇ ਬੰਨੇ ਚੱਲਦੇ ਆ, ਬੀਜੇਪੀ ਵਾਲੇ ਬੈਠੇ ਨੇ, ਚਾਰ ਪੰਜ ਜਣੇ, ਗੱਲਬਾਤ ਇਹਨਾਂ ਨਾਲ ਕਰਦੇ। ਕੀ ਹਾਲ ਹੈ ਜੀ? ਠੀਕ ਠਾਕ ਹੋ? ਵਧੀਆ ਜੀ, ਵਧੀਆ, ਬਹੁਤ ਵਧੀਆ। ਇਸ ਤਰ੍ਹਾਂ ਦਾ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਬੀਜੇਪੀ ਦਾ ਵੋਟਰ ਜਾਂ ਬੀਜੇਪੀ ਦੇ ਸਪੋਰਟਰ ਕੀ ਕਹਿੰਦੇ ਆ? ਬੀਜੇਪੀ ਦੇ ਸਪੋਰਟਰ ਬੜੇ ਵਧੀਆ ਜੀ, ਅਤੇ ਪਹਿਲੀ ਵਾਰ ਇਲੈਕਸ਼ਨ ਲੜ ਰਹੇ ਹਾਂ ਇੱਥੋਂ ਇਕੱਲੇ ਭਾਜਪਾ ਤੋਂ, ਅਕਾਲੀ ਦਲ ਤੋਂ ਬਗੈਰ, ਅਤੇ ਸਾਰੇ ਪਿੰਡਾਂ ਸਾਡੇ ਬੂਥ ਲੱਗ ਰਹੇ ਆ, ਵਧੀਆ ਸਪੋਰਟ ਮਿਲ ਰਹੀ ਆ, ਘੱਟੋ ਘੱਟ 25-30% ਜਿਹੜੀ ਵੋਟ ਅਸੀਂ ਗੋਇੰਦਵਾਲ 'ਚ ਲੈ ਕੇ ਜਾਵਾਂਗੇ। ਤੁਹਾਨੂੰ ਲੱਗਦਾ ਕਿ ਅੱਡ ਹੋਣ ਦਾ ਫਾਇਦਾ ਮਿਲੂਗਾ? ਬਿਲਕੁਲ ਫਾਇਦਾ ਮਿਲੂਗਾ, ਜਦੋਂ ਕਾਡਰ ਬਣੂਗਾ, ਸਾਰੀ ਜਗ੍ਹਾ ਯੂਨਿਟ ਬਣਨਗੇ ਤਾਂ ਤਾਂ ਹੀ ਆਪਣਾ ਬੇਸ ਬਣਦਾ ਹਰ ਇੱਕ ਰਾਜਨੀਤਿਕ ਪਾਰਟੀ ਦਾ, ਜੇ ਅਕਾਲੀ ਦਲ ਨਾਲ ਤਾਂ ਕੋਈ ਬੇਸ ਹੀ ਨਹੀਂ ਬਣਦਾ ਪਿਆ। ਔਰ ਇੱਧਰਲੇ ਬੰਨੇ ਚੱਲਦੇ ਆ ਅਕਾਲੀ ਦਲ ਵਾਲੇ ਬੰਨੇ ਵੀ, ਅਕਾਲੀ ਦਲ ਕੀ ਕਹਿੰਦਾ? ਇੱਧਰਲੇ ਬੰਨੇ ਅਕਾਲੀ ਦਲ ਵਾਲੇ ਪਾਸੇ ਭੀੜ ਜ਼ਿਆਦਾ, ਇਹ ਬੰਦੇ ਕੀ ਕਹਿੰਦੇ ਆ? ਇਹਨਾਂ ਨਾਲ ਵੀ ਕਰਦੇ ਆ ਗੱਲ। ਠੀਕ ਠਾਕ ਹੋ ਸਾਰੇ ਜਣੇ? ਕਿੱਦਾਂ ਚੱਲ ਰਹੀ ਹੈ ਵੋਟਿੰਗ? ਬਹੁਤ ਵਧੀਆ।
ਹੈ ਜੀ, ਜੈ ਜੈਕਾਰ ਹੋਈ ਹੈ ਪਈ ਹੈ ਜੀ, ਚੜ੍ਹਦੀ ਕਲਾ ਜੀ। ਇੱਧਰ ਇਹਨਾਂ ਨਾਲ ਗੱਲਬਾਤ ਵੀ ਕਰਦੇ ਹਾਂ, ਪਿੱਛੇ ਮੋਹਤਵਾਰ ਬੰਦੇ ਵੀ ਹੈ ਜੀ। ਅੱਛਾ, ਮੋਹਤਵਾਰਾਂ ਨੂੰ ਪਿੱਛੇ ਬਿਠਾਇਆ, ਕੀ ਹਾਲ ਹੈ ਜੀ? ਠੀਕ ਠਾਕ ਠੀਕ ਠਾਕ ਜੀ। ਚੱਲ, ਵੋਟਿੰਗ ਕਿੱਦਾਂ ਚੱਲ ਰਹੀ ਹੈ? ਬਹੁਤ ਵਧੀਆ ਪੋਲਿੰਗ ਹੋ ਰਹੀ ਹੈ ਜੀ, ਸਾਰੇ ਬੂਥਾਂ 'ਤੇ ਸਾਡੇ ਗੋਇੰਦਵਾਲ ਸਾਹਿਬ ਦੇ 8 ਬੂਥ ਆ ਜੀ, ਅਤੇ ਬੜਾ ਉਤਸ਼ਾਹ ਸਾਰੀ ਗੋਇੰਦਵਾਲ ਦੀ ਸੰਗਤ ਦੇ ਵਿੱਚ, ਵਧੀਆ ਪੋਲਿੰਗ ਹੋ ਰਹੀ ਹੈ ਜੀ। ਸ਼੍ਰੋਮਣੀ ਅਕਾਲੀ ਦਲ ਨੂੰ ਵੀ ਵਧੀਆ ਪੋਲਿੰਗ ਹੋ ਰਹੀ ਹੈ ਜੀ, ਸਾਡੇ ਉਤਸ਼ਾਹ ਨਾਲ ਅਕਾਲੀ ਦਲ ਨੂੰ ਵੋਟ ਪਾ ਰਹੇ। ਬੜੀ ਚੰਗੀ ਲੱਗੀ ਕਿ ਇੱਧਰ ਕਾਂਗਰਸ ਵਾਲੇ ਖੜੇ ਆ, ਇੱਧਰ ਅੰਮ੍ਰਿਤਪਾਲ ਸਿੰਘ ਹੋਣਾ ਦੇ ਸਮਰਥਕ ਆ, ਇੱਧਰਲੇ ਬੰਨੇ ਬੀਜੇਪੀ ਦਾ ਬੂਥ ਆ, ਇੱਧਰ ਅਕਾਲੀ ਦਲ ਦਾ ਬੂਥ ਲੱਗਿਆ ਅੱਗਾ, ਉਹ ਆਮ ਆਦਮੀ ਪਾਰਟੀ ਵਾਲਿਆਂ ਨੇ ਥੋੜ੍ਹਾ ਦੂਰ ਲਾਇਆ ਤੁਹਾਡੇ ਤੋਂ? ਨਹੀਂ ਨਹੀਂ, ਇਹੋ ਜਿਹੀ ਕੋਈ ਗੱਲ ਨਹੀਂ ਜੀ, ਇਤਿਹਾਸਿਕ ਨਗਰ ਆ ਸ਼੍ਰੀ ਗੋਇੰਦਵਾਲ ਸਾਹਿਬ, ਸਾਰੀ ਸੰਗਤ ਜਿਹੜੀ ਆ ਇਹ ਗੁਰੂ ਘਰ ਦੇ ਨਾਲ ਜੁੜੀ ਆ ਜੀ, ਇਹ ਇੱਦਾਂ ਦਾ ਕੋਈ ਵਿਵਾਦ ਦਾ ਕੰਮ ਨਹੀਂ ਕਰਨਾ ਚਾਹੁੰਦੀ। ਵੋਟ ਹਰ ਬੰਦੇ ਦਾ ਆਪਣਾ ਅਧਿਕਾਰ ਆ, ਅਤੇ ਉਹ ਆਪਦੇ ਤਰੀਕੇ ਨਾਲ ਪੋਲ ਕਰ ਰਿਹਾ ਜੀ ਵੋਟ, ਬਾਕੀ ਹਰ ਵੋਟਰ ਦੇ ਵਿੱਚ ਉਤਸ਼ਾਹ ਵੋਟ ਪਾਉਣ ਦਾ ਜੀ। ਕੋਈ ਇਹੋ ਜਿਹੀ ਗੱਲ, ਵੋਟਰ ਲਿਸਟਾਂ ਦੇਖੋ ਇੱਧਰ ਆ, ਦਿਖਾਓ ਜ਼ਰਾ ਤਸਵੀਰ, ਵੋਟਰ ਲਿਸਟ ਰੱਖੀ ਹੋਈ ਹੈ ਜਿਵੇਂ ਜਿਵੇਂ ਆ ਕੇ, ਤੁਹਾਨੂੰ ਕੀ ਲੱਗਦਾ ਇੱਥੋਂ ਗਰਾਊਂਡ ਦੀ ਰਿਪੋਰਟ ਕੀ ਕਹਿੰਦੀ ਹੈ? ਬਹੁਤ ਵਧੀਆ ਗਰਾਊਂਡ ਦੀ ਰਿਪੋਰਟ ਆ ਜੀ, ਵੈਸੇ ਤਾਂ ਬੀ ਐਲ ਓ ਨੇ ਘਰੋ ਘਰ ਪਰਚੀਆਂ ਦਿੱਤੀਆਂ ਜੀ, ਅਤੇ ਜਿਹੜੀ ਵੀ ਕੋਈ ਵੋਟ ਜਿੱਦਾਂ ਕੋਈ ਪਰਚੀ ਕਿਸੇ ਦੇ ਘਰ ਨਹੀਂ ਪਹੁੰਚੀ, ਅਤੇ ਉਹ ਵੋਟਾਂ ਜਿਹੜੇ ਆਪਣੇ ਵੋਟਰ ਇਹ ਸਪੋਟਰ ਆ ਇਹ ਕੱਢ ਕੇ ਦੇ ਰਹੇ ਆ ਜੀ, ਪਰਚੀਆਂ ਕੱਢ ਕੇ ਵੋਟ ਪੋਲਿੰਗ ਕਰਵਾ ਰਹੇ। ਹਾਂਜੀ, ਠੀਕ ਆ। ਆ ਇੱਧਰਲੇ ਬੰਨੇ ਚੱਲਦੇ, ਜਿਹੜਾ ਪੁਰਾਣੇ ਖੁੰਡ ਜਿਹੜੇ ਆ ਉਹ ਇੱਧਰਲੇ ਬੰਨੇ ਬੈਠੇ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਠੀਕ ਠਾਕ ਹੋ? ਕੀ ਕਹਿੰਦਾ ਐਤਕੀ ਇਲੈਕਸ਼ਨ ਬਾਪੂ ਜੀ, ਕੀ ਲੱਗ ਰਿਹਾ, ਹਵਾ ਕੀ ਆਉਂਦੀ ਆ? ਬਹੁਤ ਵਧੀਆ ਲੱਗ ਰਹੀ ਹੈ ਜੀ, ਸਭ ਤੋਂ ਵਧੀਆ ਲੱਗ ਰਹੀ ਹੈ, ਵਧੀਆ ਪੋਲਿੰਗ ਹੋ ਰਹੀ ਹੈ ਜੀ। ਹਾਂਜੀ, ਮਾਝੇ ਵਾਲੇ ਕੀ ਕਰਨ ਡੇ ਐਤਕੀ ਫਿਰ, ਬੋਲੂ ਕੌਣ? ਹਾਂਜੀ ਸਰਦਾਰ ਸਾਹਿਬ, ਮਾਝੇ ਵਾਲੇ ਕੀ ਕਰਨ ਡੇ ਐਤਕੀ ਫਿਰ? ਕੋਈ ਮਾਝੇ ਵਾਲੇ 'ਤੇ ਗੱਲ ਹੈ ਵੀ ਹੁਣ ਜਿਹੜਾ ਜੂਸ ਆ ਮੁੰਡੇ ਆ, ਇਹ ਤਾਂ ਆਪਾਂ ਆਪਣੀ ਸੋਚ ਆ ਨਾ, ਅਤੇ ਖਲੋਣ ਦਾ ਵੀ ਹੱਕ, ਹਰ ਇੱਕ ਦਾ ਹੱਕ ਹੈ ਜਿਹਦਾ ਮਰਜ਼ੀ ਖਲੋ ਸਕਦਾ, ਪਰ ਅਸੀਂ ਤਾਂ ਆਉਂਦੇ ਹਾਂ ਵੀ ਜਿਹੜੇ ਅਕਾਲੀ ਦਲ ਨੇ ਜੋ ਕੰਮ ਕੀਤੇ ਉਹਦਾ ਧਿਆਨ ਰੱਖਣਾ ਚਾਹੀਦਾ, ਅਕਾਲੀ ਦਲ ਨੇ ਜਿਹੜੇ ਕੰਮ ਇਹਨੇ ਕੀਤੇ ਅਕਾਲੀ ਦਲ ਨੂੰ ਵੋਟ ਪਾਉਣੀ ਚਾਹੀਦੀ। ਬਲਟੋਆ ਹੁਣੀ ਕਿਹੋ ਕੁ ਜੀ ਕੰਡੀਸ਼ਨ ਲੱਗਦੀ ਉਹਨਾਂ ਦੀ? ਵੇਖੋ, ਬਹੁਤ ਵਧੀਆ ਇਨਸਾਨ ਹੈ, ਬਹੁਤ ਵਧੀਆ ਨੇਤਾ, ਤੱਕੜਿਆ ਖਲੋਣ ਵਾਲਾ ਪਾਰਟੀ ਦੇ ਨਾਲ, ਉਹਨੇ ਵੀ ਜੇਲ੍ਹ ਕੱਢੀ ਆ। ਕਹਿੰਦੇ ਸੁਖਬੀਰ ਸਿੰਘ ਬਾਦਲ ਹੋਣਾ ਦਾ ਜੀਜਾ ਕਢਾਤਾ ਪਾਰਟੀ 'ਚੋਂ ਤੁਹਾਨੂੰ? ਵੇਖੋ ਜੀ, ਉਹਨਾਂ ਥੋੜ੍ਹਾ ਕਢਾਤਾ, ਉਹਦੇ ਕੋਈ ਬੰਦਾ ਜੋ ਸ਼ਿਕਾਇਤ ਕਹਿੰਦੇ ਬਲਟੋਆ ਉਹਨਾਂ ਨੇ ਕਰੀ ਸੀ ਤਾਂ ਕਰਕੇ ਉਹਨਾਂ ਨੇ ਐਕਸ਼ਨ ਲਿਆ ਵੀ। ਨਹੀਂ ਜੀ, ਉਹਨੇ ਭਾਨਾ ਬਣਾਇਆ, ਕਹਿ ਲਓ ਜਿੱਦਾਂ ਮਰਜ਼ੀ ਕਹਿ ਲਓ। ਵੇਖੋ, ਇਹ ਕੋਈ ਨਾ ਕੋਈ ਗੱਲ ਆਈ ਹੋਈ ਤਾਂ ਫਿਰ ਹੀ ਗੱਲ ਬਣੀ ਆ, ਕੋਈ ਨਾ ਕੋਈ ਗੱਲ ਤਾਂ ਚੱਲੀ। ਚੱਲ ਰਹੇ ਸੀ ਕੋਈ ਅੰਦਰ ਖਾਤੇ ਕਰ ਰਹੇ ਸੀ ਖਿਲਾਫਤ? ਬਈ, ਇਹਦੇ ਹੁਣ ਪਾਰਟੀ ਨੂੰ ਪਤਾ ਕੋਈ ਸਾਡੀ ਨੌਲੇਜ ਨਹੀਂ ਹੈਗੀ। ਇਹ ਮੰਝੇ ਹੋਏ ਸਿਆਸਤਦਾਨਾਂ ਵਾਲੀ ਜਿਹੜੀ ਹੈ, ਪੁਰਾਣੇ ਖੁੰਡਾਂ ਵਾਲੀ ਦਾ ਬਿਆਨ ਦਿੱਤਾ ਤੁਸੀਂ ਵੀ ਡਿਪਲੋਮੈਟਿਕ ਜੀ ਸਟੇਟ ਹੋਈ, ਸਾਨੂੰ ਨਹੀਂ ਪਤਾ ਬਈ ਪਾਰਟੀ ਨੂੰ ਪਤਾ ਹੋਵੇ। ਪਾਰਟੀ ਦੀ ਗੱਲ, ਪਾਰਟੀ ਦੀ ਗੱਲ ਹੈ, ਸਾਨੂੰ ਇਹਦੇ ਬਾਰੇ ਨਹੀਂ ਪਤਾ ਵੀ ਉੱਥੇ ਕੀ ਪਾਰਟੀ ਦੀ ਕੀ ਗੱਲ ਚੱਲ ਰਹੀ ਆ। ਹਾਂਜੀ, ਵੈਸੇ ਓਵਰਆਲ ਕੀ ਕੰਡੀਸ਼ਨ ਲੱਗਦੀ ਹੈ ਅਕਾਲੀ ਦਲ ਦੀ? ਵੇਖੋ, ਅਸੀਂ ਤਾਂ ਬਹੁਤ ਵਧੀਆ ਵਾ, ਬਾਕੀ ਗਿਣਤੀ ਹੋਈ ਤੋਂ ਸਾਰਾ ਗੱਲ ਚਾਨਣ ਆਈ ਜਾਣਾ, ਕੀ ਗੱਲ ਹੈ। ਹਾਂਜੀ, ਅਕਾਲੀ ਦਲ ਠੀਕ ਹੀ ਰਹੂਗਾ। ਵੋਟਿੰਗ ਚੰਗੀ ਹੋਈ ਜਾਂਦੀ, ਪੋਲਿੰਗ ਵਧੀਆ ਹੋ ਰਹੀ? ਵਧੀਆ, ਬਹੁਤ ਵਧੀਆ ਜੀ, 60% ਹੋ ਜਾਣੀ ਇੱਥੋਂ, 60-65% ਦੇ ਲਾਗੇ ਬੰਨੇ ਹੋ ਜਾਣੀ ਇੱਥੋਂ। ਹਾਂਜੀ, ਇੱਧਰ ਅਕਾਲੀ ਦਲ ਦਾ ਬੂਥ ਲੱਗਿਆ ਪਰ ਬੀਜੇਪੀ ਦਾ, ਔਰ ਬੀਜੇਪੀ ਬਾਰੇ ਜ਼ਰੂਰ ਇਹਨਾਂ ਨੂੰ ਇੱਕ ਵਾਰ ਪੁੱਛ ਲੈਂਦੇ ਹਾਂ। ਤੁਹਾਡੇ ਨਾਲ ਹੀ ਜਮਾਂ 9 ਮਾਸ ਦਾ ਰਿਸ਼ਤਾ ਟੁੱਟਣ ਤੋਂ ਬਾਅਦ ਅੱਡ ਅੱਡ ਹੋ ਗਏ ਤੁਸੀਂ, ਨਹੀਂ ਤਾਂ ਮੈਨੂੰ ਲੱਗਦਾ ਜਿਹੜੇ ਉੱਧਰਲੇ ਬੰਨੇ ਬੀਜੇਪੀ ਵਾਲੇ ਬੰਦੇ ਬੈਠੇ ਆ ਉਹ ਵੀ ਤੁਹਾਡੇ ਨਾਲ ਹੀ ਬੈਠੇ ਹੋਣੇ ਸੀਗੇ, ਔਰ ਉਹ 5 ਕੁ ਜਣੇ ਬੈਠੇ, ਤੁਹਾਨੂੰ ਲੱਗਦਾ ਉਹ ਕਹਿੰਦੇ ਕਿ ਅਸੀਂ ਹੌਲੀ ਹੌਲੀ ਬਣਾ ਰਹੇ ਹਾਂ? ਕਹਿੰਦੇ ਸਾਡੇ ਕੋਲ ਤੁਹਾਨੂੰ ਜ਼ਿਆਦਾ ਪਤਾ ਵਾ, ਕਹਿੰਦੇ ਹੌਲੀ ਹੌਲੀ ਬੇਸ ਬਣਾ ਰਹੇ ਹਾਂ ਅਸੀਂ ਕਹਿੰਦੇ। ਇਹ ਵੇਖੋ, ਇਹ ਤਾਂ ਹਾਈ ਕਮਾਂਡ ਨੂੰ ਪਤਾ ਹੋਊਗਾ ਵੀ ਕੀ ਬੇਸ ਬਣਦਾ ਕੀ ਨਹੀਂ। ਗਰਾਊਂਡ 'ਤੇ ਸਿਚੁਏਸ਼ਨ ਸਾਰੀਆਂ ਪਾਰਟੀਆਂ ਦੀ ਕਿਹੋ ਕੁ ਜੀ ਆ? ਵੇਖੋ ਜੀ, ਸਾਰੇ ਆ, ਜੇ ਪਾਰਟੀ ਨਾਲ ਗੱਲ ਕਰੂ ਤਾਂ ਵੀ ਮੇਰੀ ਪੋਜੀਸ਼ਨ ਕਹਿਮ ਆ, ਮੈਂ ਕਹਿਮ ਆ, ਅਤੇ ਗੱਲ ਹੀ ਬਾਕੀ ਰਿਜ਼ਲਟ ਆਏ ਤੋਂ ਪਤਾ ਲੱਗਣਾ ਸਰ। ਵੈਸੇ ਗਰਾਊਂਡ ਵਾਲਾ ਵਰਕਰ 9 ਮਾਸ ਵਾਲਾ ਟੁੱਟਣ ਤੋਂ ਰਿਸ਼ਤਾ ਨਾਰਾਜ਼ ਆ ਜਾਂ ਠੀਕ ਹੈ ਜਾਂ ਵਧੀਆ ਹੋ ਗਿਆ? ਨਹੀਂ ਜੀ, ਉਹ ਤਾਂ ਵਧੀਆ ਹੀ ਹੋਇਆ, ਜੋ ਪਾਰਟੀ ਹਾਈ ਕਮਾਂਡ ਕਰਦੀ ਵਧੀਆ ਕਰਦੀ, ਜੋ ਪਾਰਟੀ ਠੀਕ ਹੈ।
ਤੁਸੀਂ ਪਾਏ ਵੋਟ ਕਿ ਨਹੀਂ? ਹਾਂਜੀ ਪਾਏ ਜੀ, ਪਾਏ ਜੀ। ਚੋਣ ਨਿਸ਼ਾਨ ਮੈਂ ਮਟਾ ਲਿਆ ਹੈ। ਦੁਬਾਰਾ ਤਾਂ ਨਹੀਂ ਪਾਉਣ ਦਾ? ਦੁਬਾਰਾ ਤਾਂ ਨਹੀਂ ਪਾਉਣ? ਵੋਟ ਪਾ ਕੇ ਆਇਆ ਮੈਂ। ਅਸੀਂ ਅਕਾਲੀ ਦਲ ਦੇ ਵਰਕਰ ਹਾਂ ਅਤੇ ਸ਼ੁਰੂ ਤੋਂ ਹੀ ਹੈਗੇ ਹਾਂ ਅਤੇ ਗਾਂਹ ਵੀ ਰਵਾਂਗੇ। ਅਕਾਲੀ ਦਲ ਜਿੰਦਾਬਾਦ। ਇਹ ਅਕਾਲੀ ਦਲ ਦੇ ਵਰਕਰ ਨੇ, ਇੱਧਰ ਅਕਾਲੀ ਦਲ ਵਾਲੇ ਬੰਨੇ ਤਾਂ ਲਾਈਨ ਲੱਗੀ ਹੋਈ ਆ, ਜਾਂ ਪਰਲੇ ਬੰਨੇ ਹੋਰ ਵੀ। ਖੈਰ ਇੱਧਰਲੇ ਬੰਨੇ ਆਮ ਆਦਮੀ ਪਾਰਟੀ ਵਾਲੇ ਕੀ ਕਹਿੰਦੇ ਆ, ਇਹਨਾਂ ਨਾਲ ਚੱਲਦੇ ਹਾਂ ਇਸ ਪਾਸੇ। ਇੱਧਰ ਦੀ ਆਓ ਜਰਾ। ਤਾਂ ਆਮ ਆਦਮੀ ਪਾਰਟੀ ਦਾਅਵਾ ਕਰ ਰਹੀ ਹੈ, ਲਾਲਜੀਤ ਸਿੰਘ ਭੁੱਲਰ ਇੱਥੋਂ ਇਲੈਕਸ਼ਨ ਲੜ ਰਹੇ ਆ, ਔਰ ਉਹਨਾਂ ਦਾ ਆਪਣਾ ਦਾਅਵਾ, ਉਹ ਕਹਿੰਦੇ ਕਿ ਭਾਈ ਅਸੀਂ ਲੀਡ ਲਵਾਂਗੇ। ਚਲੋ ਖੈਰ, ਸਭ ਦੇ ਆਪੋ ਆਪਣੇ ਦਾਅਵੇ ਨੇ। ਇੱਧਰ ਆਮ ਆਦਮੀ ਪਾਰਟੀ ਵਾਲਿਆਂ ਨਾਲ ਵੀ ਗੱਲਬਾਤ ਕਰਦੇ ਹਾਂ, ਕੀ ਕਹਿੰਦੇ ਆ, ਕੀ ਹਾਲ ਹੈ ਜੀ? ਠੀਕ ਠਾਕ ਹੋ ਸਾਰੇ? ਨਿਭਾਈਆਂ ਨੇ ਡਿਊਟੀਆਂ? ਹਾਂਜੀ। ਚੱਲ ਰਹੀ ਆ ਪੋਲਿੰਗ, ਕਿਵੇਂ ਵੋਟਾਂ ਕਿਵੇਂ ਚੱਲ ਰਹੀਆਂ? ਬਹੁਤ ਵਧੀਆ, ਬਹੁਤ ਵਧੀਆ, ਠੀਕ ਠਾਕ ਚੱਲ ਰਹੀ। ਕਿੰਨਾ ਕੁ ਪਰਸੈਂਟ ਤੁਹਾਨੂੰ ਲੱਗਦਾ ਕਿ ਪੋਲਿੰਗ ਹੋ ਜੂਗੀ ਅੱਜ? 25-30% ਹੋ ਗਈ। ਹਾਂਜੀ। ਕਿੰਨਾ ਕੁ ਰੁਝਾਨ ਕਿਹੋ ਕੁ ਜਿਹਾ? ਮੈਂ ਦੇਖ ਰਿਹਾ ਪੋਲਿੰਗ ਬੂਥ 'ਤੇ ਜਾ ਕੇ ਆਇਆ, ਲਾਈਨਾਂ ਲੱਗੀਆਂ ਹੋਈਆਂ, ਵੈਸੇ ਇੰਨੀ ਗਰਮੀ 'ਚ ਵੀ ਲੋਕ ਖੜ੍ਹੇ ਆ? ਥੋੜ੍ਹੀ ਹਵਾ ਚੱਲ ਰਹੀ ਨਾ, ਠੀਕ ਹੈ ਮੌਸਮ। ਹਾਂ, ਆ ਰਹੇ ਆ ਲੋਕ ਘਰਾਂ ਤੋਂ। ਹਾਂਜੀ। ਕੀ ਸਿਚੁਏਸ਼ਨ ਕੀ ਕਹਿੰਦੀ ਆ ਗਰਾਊਂਡ ਦੀ? ਨੌਜਵਾਨ ਹੋ ਤੁਸੀਂ? ਬਹੁਤ ਵਧੀਆ, ਆਮ ਪਾਰਟੀ ਸਾਰੇ ਭੁਗਤ ਰਹੇ ਆ। ਹਾਂਜੀ, ਕੱਢ ਜੂਗੀ ਸੀਟ, ਕੱਢਾਂਗੇ ਬਿਲਕੁਲ। ਕਿਹੜੀਆਂ ਚੀਜ਼ਾਂ ਤੁਹਾਨੂੰ ਲੱਗਦਾ ਕਿ ਦੇਖ ਕੇ ਲੋਕ ਆਮ ਆਦਮੀ ਪਾਰਟੀ ਨੂੰ ਵੋਟ ਪਾਉਣਗੇ, ਜਾਂ ਤੁਸੀਂ ਬੂਥ ਕਿਹੜੀਆਂ ਚੀਜ਼ਾਂ ਸੋਚ ਕੇ ਲਾਇਆ ਕਿ ਭਾਈ ਲਾਉਣਾ ਬੂਥ ਆਪਾਂ? ਕੰਮਾਂ ਦੇ ਆਧਾਰ 'ਤੇ, ਜਿਹੜੇ ਆਪਣੇ ਮਾਨ ਸਰਕਾਰ ਨੇ ਬਿਜਲੀ ਫਰੀ ਕੀਤੀ ਆ ਕਿਸਾਨਾਂ ਨੂੰ, 24 ਘੰਟੇ ਆਪਣੇ 8 ਤੋਂ 10 ਘੰਟੇ ਬੱਤੀ ਮਿਲ ਰਹੀ ਆ, ਠੀਕ ਹੈ। ਅਤੇ ਹੋਰ ਵੀ ਆਪਣੇ ਸਾਡੇ ਹਲਕੇ 'ਚ 30-40-42 ਸੜਕਾਂ ਬਣ ਚੁੱਕੀਆਂ ਤਕਰੀਬਨ, 2-4 ਰਹਿ ਗਈਆਂ, ਉਹ ਵੀ ਆਪਣੇ ਇਲੈਕਸ਼ਨ ਲੰਘਦੇ ਸਾਰੇ ਬਣਾਵਾਂਗੇ। ਅਤੇ ਜਿਹੜੀ ਵੋਟ ਮੰਗੀ ਕੰਮਾਂ ਦੇ ਆਧਾਰ 'ਤੇ ਮੰਗੀ ਆ। ਪੰਥਕ ਹਲਕਾ ਖਡੂਰ ਸਾਹਿਬ, ਗਰੀਬ ਲੋਕਾਂ ਨੂੰ 43,000 ਰੈਗੂਲਰ ਨੌਕਰੀਆਂ ਦਿੱਤੀਆਂ, ਇੱਕ ਘਰ 'ਚ 2-2-4-4 ਨੌਕਰੀਆਂ ਮਿਲੀਆਂ ਮੈਰਿਟ ਦੇ ਆਧਾਰ 'ਤੇ, ਬਗੈਰ ਕਿਸੇ ਪੈਸੇ ਦੇ, ਬਗੈਰ ਕਿਸੇ ਸਿਫਾਰਿਸ਼ ਦੇ। ਹਰ ਖੇਤ ਵਿੱਚ ਪਾਣੀ ਜਾ ਰਿਹਾ, ਨਹਿਰ ਦਾ ਪਾਣੀ, ਜਿਹੜਾ ਸਾਡਾ ਪਾਣੀ ਜੋ ਜਿੰਨਾ ਸਾਡੀ ਐਵਰੇਜ ਸੀ ਉਹ ਤੋਂ ਵਰਤਦੇ ਨਹੀਂ ਸੀ ਅਸੀਂ, ਉਹ ਹੁਣ ਪੂਰਾ ਵਰਤ ਰਹੇ ਹਾਂ। ਖਡੂਰ ਸਾਹਿਬ ਪੰਥਕ ਹਲਕਾ ਔਰ ਗੁਰੂ ਸਾਹਿਬਾਨਾਂ ਦੀ ਚਰਨ ਛੋਹ ਪ੍ਰਾਪਤ ਧਰਤੀ ਹੈ, ਔਰ ਇੱਕ ਪਾਸੇ ਇਸ਼ੂ ਇਹ ਵੀ ਕਿ ਭਾਈ ਪੰਥ ਨੂੰ ਦੇਖ ਕੇ ਵੋਟ ਪਾਈ ਜਾਵੇ, ਤੁਹਾਨੂੰ ਲੱਗਦਾ ਨਹੀਂ ਕਿ ਕਿਤੇ ਹਵਾ ਇੱਧਰ ਚੱਲਦੀ ਚੱਲਦੀ ਇੱਧਰ ਉੱਧਰ ਤਾਂ ਨਹੀਂ ਹੋਜੂ? ਇਹ ਉੱਪਰੀ ਹਵਾ, ਉੱਪਰੀ ਹਵਾ। ਸਾਰੀਆਂ ਪਾਰਟੀਆਂ ਦੇ ਬੂਥ ਇੱਥੇ ਲੱਗੇ ਹੋਏ ਆ ਗੋਇੰਦਵਾਲ ਸਾਹਿਬ ਦੇ ਵਿੱਚ, ਅਸੀਂ ਤੁਹਾਨੂੰ ਦਿਖਾਇਆ ਪਹਿਲਾਂ, ਇੱਥੇ ਵੀ ਆਮ ਆਦਮੀ ਪਾਰਟੀ ਦੇ ਵੱਲੋਂ ਬੂਥ ਲਾਇਆ ਹੋਇਆ, ਔਰ ਉੱਧਰਲੇ ਬੰਨੇ ਸਾਹਮਣੇ ਕਾਂਗਰਸ ਵਾਲਾ ਬੂਥ ਆ, ਇੱਧਰ ਅਕਾਲੀ ਦਲ ਵਾਲੇ ਬੰਨੇ ਵੀ ਹਲਚਲ ਹੈਗੀ ਆ, ਪਰ BJP ਵਾਲੇ ਬੰਨੇ ਇੱਕਾ ਦੁੱਕਾ 5 ਜਣੇ ਬੈਠੇ ਆ, ਪਰ ਉਹ ਕਹਿੰਦੇ ਅਸੀਂ ਗਰਾਊਂਡ 'ਤੇ ਹੁਣ ਕੰਮ ਕਰ ਰਹੇ ਹਾਂ, ਪਰ ਜਿੱਤ ਦਾ ਦਾਅਵਾ ਉਹਨਾਂ ਦੇ ਵੱਲੋਂ ਵੀ ਕੀਤਾ ਜਾ ਰਿਹਾ, ਉਹ ਕਹਿੰਦੇ ਕਿ ਅਸੀਂ ਵੀ ਜਿੱਤਾਂਗੇ। ਤਾਂ ਇੱਕ ਵਾਰ ਆਮ ਆਦਮੀ ਪਾਰਟੀ ਵਾਲਿਆਂ ਦਾ ਬੂਥ ਤੁਹਾਨੂੰ ਦਿਖਾਤਾ, ਹੁਣ ਦਿਖਾ ਦਿੰਦੇ ਹਾਂ, ਇੱਧਰ ਬਟੂਆ ਹੁਣਾਂ ਦੀ ਫੋਟੋ ਲੱਗੀ, ਅਕਾਲੀ ਦਲ ਦਾ ਬੂਥ ਆ, ਇੱਧਰ BJP ਵਾਲਿਆਂ ਦਾ ਬੂਥ ਲੱਗਿਆ ਹੋਇਆ, ਔਰ ਇੱਧਰਲੇ ਬੰਨੇ ਬੂਥ ਲੱਗਿਆ ਹੋਇਆ ਅੰਮ੍ਰਿਤਪਾਲ ਸਿੰਘ ਹੁਣਾਂ ਦਾ, ਤਾਂ ਇੱਧਰ ਕਾਂਗਰਸ ਦੇ ਵੱਲੋਂ ਵੀ ਬੂਥ ਲਾਇਆ ਗਿਆ। ਤਾਂ ਸਾਰੀਆਂ ਪਾਰਟੀਆਂ ਦੇ ਜੋ ਵਰਕਰ ਆ ਉਹਨਾਂ ਵੱਲੋਂ ਆਪੋ ਆਪਣੇ ਜਿੱਤ ਦੇ ਦਾਅਵੇ ਠੋਕੇ ਜਾ ਰਹੇ ਆ। ਅੱਜ ਪੋਲਿੰਗ ਹੋ ਰਹੀ ਆ, ਵੱਡੀ ਗਿਣਤੀ ਦੇ ਵਿੱਚ ਲੋਕ ਵੋਟ ਪੋਲ ਕਰਨ ਵਾਸਤੇ ਆ ਰਹੇ। ਇਲੈਕਸ਼ਨ ਕਮਿਸ਼ਨ ਵੀ ਅਪੀਲ ਕਰ ਰਿਹਾ, ਅਸੀਂ ਵੀ ਕਹਿ ਰਹੇ ਹਾਂ ਕਿ ਘਰੋਂ ਨਿਕਲੋ ਭਾਈ, ਵੋਟ ਜਿਹਨੂੰ ਦਿਲ ਕਰਦਾ ਉਹਨੂੰ ਪਾਓ, ਬਿਨਾਂ ਕਿਸੇ ਦੇ ਪ੍ਰਭਾਵ ਹੇਠ ਆਇਆ, ਔਰ ਨਾਲ ਹੀ ਵੋਟ ਪਾਓ ਤੁਸੀਂ, ਔਰ ਫਿਰ 4 ਤਰੀਕ ਨੂੰ ਤਾਂ ਪਤਾ ਲੱਗ ਹੀ ਜਾਣਾ ਕਿ ਜਿੱਤੇਗਾ ਕੌਣ। ਕੈਮਰਾ ਪਰਸਨ ਵਤਨ ਦੇ ਨਾਲ ਵਿਕਰਮ ਸਿੰਘ, ਪ੍ਰੋ ਪੰਜਾਬ TV, ਖਡੂਰ ਸਾਹਿਬ।